बिस्मिल्लाहिर्रहमानिर्रहीम अस्सलाम वालेकुम नाज़रीन नाज़रीन सुना पंजाब प्रोग्राम विच मैं तुहाडी मेज़बान डॉक्टर मुकद्दस मलिक तुहाडे सामने हाज़र हाँ। जिस तरह तुसीं जानदे हो कि गुजरात दी सियासत विच पीपी 32 दा ज़िमनी इलेक्शन उहदा आगाज़ हो चुक्या है, जिहड़ा अप्रैल विच सबमिट होएगा। और इलेक्शन दे विच चौधरी मूसा इलाही मुस्लिम लीग काफ दी तरफों उम्मीदवार ने। इस वक्त जिहड़ी शख्सियत साडे नाल मौजूद ने ਚੌਧਰੀ ਤਾਰਕ ਪਰਵੇਜ਼ ਬਾਜਵਾ ਸਾਹਿਬ ਨੇ, ਜਿਹੜੇ ਮਮਤਾਜ਼ ਓਵਰਸੀਜ਼ ਨੇ ਔਰ ਸਮਾਜੀ ਸ਼ਖਸੀਅਤ ਨੇ ਸਿਆਸਤ ਵਿੱਚ ਬਾਕਾਇਦਾ ਤੌਰ 'ਤੇ ਉਹਨਾਂ ਨੇ ਜਿਹੜਾ ਆਪਣੇ ਸਿਆਸੀ ਕੈਰੀਅਰ ਦਾ ਆਗਾਜ਼ ਹੈ 2012 'ਚ ਮੁਸਲਿਮ ਲੀਗ ਕਾਫ ਤੋਂ ਕੀਤਾ। ਔਰ ਅਗਰ ਮੈਂ ਉਹਨਾਂ ਦੀ ਖਿਦਮਤ ਦੀ ਗੱਲ ਕਰਾਂ ਤਾਂ ਇੱਕ ਐਸੀ ਖਿਦਮਤ ਜਿਹੜੀ ਇਨਸਾਨੀਅਤ ਵਾਸਤੇ ਉਹ ਕਰ ਰਹੇ ਨੇ ਔਰ ਆਪਣੇ ਇਲਾਕੇ ਦੇ ਲੋਕਾਂ ਨੂੰ, ਯਾਨੀ ਗੁਜਰਾਤ ਦੇ ਆਪਣੇ ਪਿੰਡ ਨਾਰੋਵਾਲੀ ਦੇ ਲੋਕਾਂ ਨੂੰ ਜਿਹੜਾ ਆਪਣੀ ਮਦਦ ਆਪ ਦੇ ਤਹਿਤ ਉਹ ਦੇ ਰਹੇ ਨੇ ਐਜ਼ ਏ ਓਵਰਸੀਜ਼, ਉਹ ਬਹੁਤ ਅੱਛਾ ਇੱਕ ਪਲੇਟਫਾਰਮ ਹੈ ਉਹਨਾਂ ਕੋਲ ਬਾਜਵਾ ਅਹਿਸਾਸ ਫਾਊਂਡੇਸ਼ਨ ਦੇ ਨਾਮ 'ਤੇ। ਉਹਦੇ ਉਹ ਸਰਪ੍ਰਸਤ ਵੀ ਨੇ, ਫਾਊਂਡਰ ਵੀ ਨੇ। ਆਓ ਤੁਹਾਡੀ ਮੁਲਾਕਾਤ ਚੌਧਰੀ ਤਾਰਕ ਪਰਵੇਜ਼ ਬਾਜਵਾ ਸਾਹਿਬ ਨਾਲ ਕਰਵਾਉਂਦੇ ਹਾਂ ਔਰ ਉਹਨਾਂ ਕੋਲ ਪੁੱਛਦੇ ਹਾਂ ਕਿ ਐਜ਼ ਏ ਓਵਰਸੀਜ਼ ਉਹਨਾਂ ਨੂੰ ਸਿਆਸਤ ਵਿੱਚ ਕਿਸ ਤਰ੍ਹਾਂ ਦਿਲਚਸਪੀ ਪੈਦਾ ਹੋਈ। ਅਸੀਂ ਰਾਏ ਲੈਂਦੇ ਹਾਂ ਚੌਧਰੀ ਤਾਰਕ ਪਰਵੇਜ਼ ਬਾਜਵਾ ਸਾਹਿਬ ਕੋਲੋਂ। ਅਸਲਾਮ ਅਲੈਕਮ ਜੀ, ਕੀ ਹਾਲ ਹੈ? ਵਾਲੇਕਮ ਸਲਾਮ ਡਾਕਟਰ ਸਾਹਿਬਾ, ਮਿਹਰਬਾਨੀ ਤੁਹਾਡੀ, ਜਿਹੜਾ ਤੁਸੀਂ ਸਾਨੂੰ ਟਾਈਮ ਦਿੱਤਾ ਇੱਥੇ ਬਾਜਵਿਆਂ ਦੇ ਡੇਰੇ ਉੱਤੇ ਆਉਣੇ ਦਾ ਔਰ ਸਾਡੀ ਆਵਾਜ਼ ਨੂੰ ਬੁਲੰਦ ਕਰਨੇ ਦਾ, ਔਰ ਇਹਦੇ ਉੱਤੇ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਸਿਆਸਤ ਦਾ ਤੁਸੀਂ ਆਗਾਜ਼ 2012 'ਚ ਕੀਤਾ ਔਰ ਅਗਰ ਦੇਖਿਆ ਜਾਏ ਤਾਂ ਤੁਹਾਡਾ ਸਿਆਸੀ ਖਾਨਦਾਨ ਵੀ ਹੈ। ਤੁਹਾਡੇ ਚਾਚਾ ਜਿਹੜੇ ਸਨ ਸੂਬੇਦਾਰ ਅਤਾ ਮੁਹੰਮਦ, ਪਾਕਿਸਤਾਨ ਪੀਪਲਸ ਪਾਰਟੀ ਤੋਂ ਮੈਂਬਰ ਵੀ ਸਨ। ਮੁਸਲਿਮ ਲੀਗ ਕਾਫ ਨੂੰ ਜੁਆਇਨ ਕਰਨਾ ਔਰ ਸਿਆਸਤ 'ਚ ਆਉਣਾ, ਕਿਸ ਤਰ੍ਹਾਂ ਦਿਲਚਸਪੀ ਪੈਦਾ ਹੋਈ? 2012 ਵਿੱਚ ਇਹਦੀ ਸ਼ੁਰੂਆਤ ਹੋਈ ਜੇ ਅਸੀਂ ਕਾਫ ਲੀਗ ਦੇ ਨਾਲ ਅਟੈਚਮੈਂਟ ਹੋਈ ਹੈ ਸਾਡੇ ਖਾਨਦਾਨ ਜੀ ਜੀ, ਤੇ ਉਹਦੇ ਤੋਂ ਬਾਅਦ ਅਸੀਂ ਲਗਾਤਾਰ ਹਮੇਸ਼ਾ ਇਸ ਕਾਫ ਲੀਗ ਦੀ ਹਮੇਸ਼ਾ ਤੋਂ ਅਸੀਂ ਉਹਦੇ ਸਿਪਾਹੀ ਹਾਂ ਔਰ ਉਹਨਾਂ ਦੀ ਮਦਦ ਕੀਤੀ ਹੈ ਔਰ ਇਨਸ਼ਾਅੱਲਾ ਤਾਲਾ ਅੱਗੋਂ ਵੀ ਮਦਦ ਕਰਦੇ ਰਹਾਂਗੇ। ਬਿਲਕੁਲ ਸਹੀ ਜੋ ਸਭ ਲਾ ਕੱਲ ਜਿਹੜਾ ਰੀਸੈਂਟਲੀ ਤੁਸੀਂ ਜਲਸਾ ਕੀਤਾ ਔਰ ਮਾਸ਼ਾਅੱਲਾ ਬਹੁਤ ਬੜਾ ਇੱਕ ਗ੍ਰੈਂਡ ਇਕੱਠ ਜਿਹੜਾ ਨਾਰੋਵਾਲੀ 'ਚ ਹੋਇਆ ਔਰ ਬੜਾ ਸ਼ਾਨਦਾਰ ਜਿਹਾ ਜਲਸਾ ਰਿਹਾ, ਜਿਹਦਾ ਨਾ ਤਾਂ ਉਸ 'ਚ ਵੀ ਬਾਕਾਇਦਾ ਤੌਰ 'ਤੇ ਜ਼ਿਕਰ ਹੋਇਆ ਔਰ ਚੌਧਰੀ ਮੂਸਾ ਇਲਾਹੀ ਸਾਹਿਬ ਵੀ ਬੜੇ ਖੁਸ਼ ਗਏ ਨੇ ਇਸ ਜਲਸੇ ਦੇ ਵਾਸਤੇ। ਤੁਹਾਡੀ ਪਹਿਲੀ ਕਾਵਸ਼, ਪਹਿਲੀ ਵਾਰ ਕੈਸਾ, ਕਿਸ ਤਰ੍ਹਾਂ ਅਰੇਂਜਮੈਂਟ ਤੁਸੀਂ ਕੀਤੇ ਔਰ ਕਿਸ ਤਰ੍ਹਾਂ ਤੁਸੀਂ ਮਤਲਬ ਇਹਨੂੰ ਪਾਇਆ ਤੱਕ ਮਿਲ ਤੱਕ ਪਹੁੰਚਾਇਆ? ਇਹ ਅਰੇਂਜਮੈਂਟ ਮੇਰੇ ਸਭ ਇੱਥੇ ਭਾਈ ਨੇ ਬਾਜਵਾ ਬਰਾਦਰੀ ਔਰ ਉਹਨਾਂ ਦੀ ਹੈਲਪ ਨਾਲ ਔਰ ਉਹਨਾਂ ਦੇ ਤਾਮਨ ਨਾਲ ਇਹ ਸਾਰਾ ਕੁਝ ਕਾਮਯਾਬ ਹੋਇਆ ਔਰ ਅਸੀਂ ਵੀ ਇੱਕ ਵੈਲਫ, ਅਸੀਂ ਆਪ ਇੱਕ ਬਾਜਵਾ ਅਹਿਸਾਸ ਫਾਊਂਡੇਸ਼ਨ ਆ ਔਰ ਜਿਨ੍ਹਾਂ ਨੇ ਇੱਕ ਇਰਾਦਾ ਕੀਤਾ ਕਿ ਅਸੀਂ ਅੱਗੇ ਵੀ ਕਾਫ ਲੀਗ ਦੇ ਨਾਲ ਹੀ ਸਾਂ ਔਰ ਅੱਗੋਂ ਵੀ ਇਕੱਠੇ ਹੋ ਕੇ, ਇਕੱਠ ਕਰਕੇ ਇਕੱਠੇ ਹੋ ਕੇ ਇਨਸ਼ਾਅੱਲਾ ਤੇ ਮੂਸਾ ਇਲਾਹੀ ਸਾਹਿਬ ਦੇ ਨਾਲ ਅਸੀਂ ਲਵਾਂਗੇ ਔਰ ਇਹਨਾਂ ਨੂੰ ਨਾਰੋਵਾਲੀ ਵਿੱਚ ਕਾਮਯਾਬ ਕਰਕੇ। ਬਿਲਕੁਲ ਸਹੀ। ਜਿਸ ਤਰ੍ਹਾਂ ਚੌਧਰੀ ਪਰਵੇਜ਼ ਇਲਾਹੀ ਸਾਹਿਬ ਸਾਬਿਕ ਦੋ ਦਫ਼ਾ ਸੀ ਐਮ ਪੰਜਾਬ ਵੀ ਰਹੇ ਨੇ ਔਰ ਮੈਂ ਸਮਝਦੀ ਹਾਂ ਕਿ ਉਹਨਾਂ ਨੇ ਹਲਕਾ 'ਚ ਆਪਣੇ ਇਲਾਕਾ 'ਚ ਕੰਮ ਵੀ ਕੀਤਾ ਔਰ ਮੁਸਲਿਮ ਲੀਗ ਕਾਫੀ ਜੁਆਇਨਿੰਗ ਜਦੋਂ ਤੁਸੀਂ ਕੀਤੀ ਦੋਨੋਂ ਖਾਨਦਾਨ ਇੱਕ ਜਗ੍ਹਾ 'ਤੇ ਇੱਕੋ ਹੀ ਪਲੇਟਫਾਰਮ 'ਤੇ ਸਨ ਹੁਣ ਔਰ ਪਾਕਿਸਤਾਨ ਤਹਿਰੀਕ ਇਨਸਾਫ਼ ਦੇ ਮਰਕਜ਼ੀ ਸਦਰ ਨੇ, ਤੁਹਾਨੂੰ ਕੀ ਲੱਗਦਾ ਹੈ ਮੁਕਾਬਲਾ ਅਗਰ ਦੇਖਿਆ ਜਾਏ ਤਾਂ ਪਰਵੇਜ਼ ਇਲਾਹੀ ਸਾਹਿਬ ਔਰ ਮੂਸਾ ਇਲਾਹੀ ਦੋਨੋਂ, ਕੈਸਾ ਰਿਜ਼ਲਟ ਨਜ਼ਰ ਆ ਰਿਹਾ? ਦੇਖੋ ਜੀ, ਉਹ ਇੱਕ ਖਾਨਦਾਨ ਹੈ, ਆਪਣਾ ਖਾਨਦਾਨ ਹੈ ਔਰ ਉਹਨਾਂ ਦੇ ਮੁਕਾਬਲੇ ਵਿੱਚ ਅਸੀਂ ਨਾ ਕਿਸੇ ਨੂੰ ਵੀ ਕੁਝ ਨਹੀਂ ਆਖ ਸਕਦੇ ਔਰ ਅਸੀਂ ਹਮੇਸ਼ਾ ਕਾਫ ਲੀਗ ਦੇ ਨਾਲ ਸਾਂ ਔਰ ਸਾਡਾ ਇਰਾਦਾ ਵੀ ਇਹ ਵੇ ਕਿ ਅਸੀਂ ਕਾਫ ਲੀਗ ਦੇ ਨਾਲ ਹੀ ਹੋਈਏ ਤੇ ਪਰਵੇਜ਼ ਇਲਾਹੀ ਸਾਹਿਬ ਵੀ ਸਾਡੇ ਵਾਸਤੇ ਸਾਹਿਬ ਨੇ ਔਰ ਸਾਡੇ ਬਜ਼ੁਰਗ ਨੇ, ਉਹਨਾਂ ਦੀ ਵੀ ਸਾਡੇ ਕੋਲ ਓਨੀ ਇੱਜ਼ਤ ਹੈ ਜਿੰਨੀ ਸਾਲਕ ਸਾਹਿਬ ਨੇ ਜਾਂ ਵਜਾਦ ਸਾਹਿਬ ਨੇ ਜਾਂ
ਸ਼ਹਿਜਾਦ ਸਾਹਿਬ ਨੇ ਸਾਡੇ ਵਾਸਤੇ ਸਭ ਇੱਕ ਹੀ ਨੇ। ਦੂਜਾ ਇਹ ਅਸੀਂ ਸ਼ੁਰੂ ਤੋਂ ਕਾਫ ਲੀਗ ਵਿੱਚ ਸਾਂ ਤੇ ਸਾਡਾ ਇਰਾਦਾ ਵੀ ਇਹ ਵੇ ਕਿ ਕਾਫ ਲੀਗ ਨੂੰ ਇਨਸ਼ਾਅੱਲਾ ਤਾਲਾ ਇੱਥੋਂ ਨਾਰੋਵਾਲੀ ਵਿੱਚੋਂ ਜਿਤਾ ਦੇਵੇ। ਬਿਲਕੁਲ ਸਹੀ। ਨਾਰੋਵਾਲੀ ਚ ਕੰਪੇਨ ਦੇ ਦੌਰਾਨ ਲੋਕਾਂ ਦੇ ਕਿਹੜੇ ਕਿਹੜੇ ਮਸਾਇਲ ਤੁਹਾਡੇ ਸਾਹਮਣੇ ਆ ਰਹੇ ਨੇ? ਓਬਵੀਅਸਲੀ ਤੁਸੀਂ ਜਾ ਰਹੇ ਹੋ ਐਜ਼ ਏ ਓਵਰਸੀਜ਼, ਤੁਸੀਂ ਆਏ ਵੀ ਹੋ, ਜਿਸ ਤਰ੍ਹਾਂ ਮਤਲਬ ਤੁਹਾਡਾ ਪੋਲੈਂਡ ਚ ਜ਼ਿਆਦਾਤਰ ਟਾਈਮ ਗੁਜ਼ਰਿਆ 30 ਸਾਲ ਤੋਂ ਮਾਸ਼ਾਅੱਲਾ ਉੱਥੇ ਹੋ, ਪਾਕਿਸਤਾਨ ਆਣਾ ਜਸਟ ਫਾਰ ਮੂਸਾ ਲਈ ਇਲੈਕਸ਼ਨ, ਕਿਸ ਤਰ੍ਹਾਂ ਲੱਗ ਰਹੀ ਹੈ ਕੰਪੇਨ ਤੁਹਾਨੂੰ? ਲੋਕਾਂ ਦੇ ਕੀ ਮਸਾਇਲ ਤੁਹਾਡੇ ਸਾਹਮਣੇ ਆ ਰਹੇ ਨੇ? ਲੋਕਾਂ ਦੇ ਮਸਾਇਲ ਵੇਖੋ ਜੀ ਸ਼ੁਰੂ ਤੋਂ ਰਹੇ ਨੇ, ਹੁਣ ਤੋਂ ਸ਼ੁਰੂ ਨਹੀਂ ਹੋਏ, ਜਦੋਂ ਦਾ ਪਾਕਿਸਤਾਨ ਬਣਿਆ ਕੋਈ ਨਾ ਕੋਈ ਬੰਦਿਆਂ ਨੇ ਮਸਾਇਲ ਹੁੰਦੇ ਨੇ, ਪਰ ਅਸੀਂ ਇਨਸ਼ਾਅੱਲਾ ਤਾਲਾ ਜੇ ਅਸੀਂ ਆ ਸ਼ੁਰੂਆਤ ਕੀਤੀ ਹੈ ਇਸ ਚੀਜ਼ ਦੀ ਤੇ ਇਹਨਾਂ ਦੇ ਬੰਦਿਆਂ ਦੇ ਕੋਈ ਵੀ ਮਸਾਇਲ ਹੋਏ ਅਸੀਂ ਉਹਨਾਂ ਉੱਤੇ ਜਿਹੜਾ ਗਰੰਟੀ ਦਿਆਂਗੇ ਕਿ ਉਹਨਾਂ ਦੇ ਮਸਾਇਲ ਹੱਲ ਹੋਣਗੇ ਇਨਸ਼ਾਅੱਲਾ। ਅਸੀਂ ਜਿਹੜਾ ਆਪਣੀ ਸਾਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇੰਤਖਾਬੀ ਨਿਸ਼ਾਨ ਜਿਹੜਾ ਟਰੈਕਟਰ ਹੈ ਉਹਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਮੋਹਰਾਂ ਲੱਗਣ ਔਰ ਮੂਸਾ ਲਈ ਸਾਹਿਬ ਨੂੰ ਕਾਮਯਾਬ ਕਰਕੇ ਉਹਨਾਂ ਨੂੰ ਇੱਕ ਤੋਹਫਾ ਦੇਈਏ ਸੀ ਆਪਣੇ ਬਾਜਵਾ ਬਰਾਦਰਾਂ ਦੀ ਤਰ੍ਹਾਂ। ਗੁੱਡ। ਜਿਸ ਤਰ੍ਹਾਂ ਵਫਾਕੀ ਵਜ਼ੀਰ ਨੇ ਚੌਧਰੀ ਸਾਰਿਕ ਸਾਹਿਬ, ਔਰ ਮੈਂ ਸਮਝਦੀ ਹਾਂ ਕਿ ਸਮੁੰਦਰ ਪਾਰ ਪਾਕਿਸਤਾਨੀਆਂ ਦੇ ਮਸਾਇਲ ਔਰ ਉਹਨਾਂ ਦੇ ਕੰਮ ਵਾਸਤੇ ਉਹਨਾਂ ਨੂੰ ਮਿਨਿਸਟਰ ਬਣਾਇਆ ਗਿਆ, ਔਰ ਪਲੱਸ ਉਹਨਾਂ ਨੂੰ ਮਜ਼ਬੀ ਅਮੂਰ ਔਰ ਬੈਨਲ ਮੁਜ਼ਾਖਬ ਦਾ ਵੀ ਮਿਨਿਸਟਰ ਬਣਾਇਆ ਗਿਆ। ਤੁਸੀਂ ਓਵਰਸੀਜ਼ ਹੋ, ਐਜ਼ ਏ ਓਵਰਸੀਜ਼ ਤੁਹਾਨੂੰ ਕੀ ਲੱਗਦਾ ਕਿ ਚੌਧਰੀ ਸਾਲਿਕ ਸਾਹਿਬ ਕਿਸ ਤਰ੍ਹਾਂ ਓਵਰਸੀਜ਼ ਦੇ ਮਸਾਇਲ ਵਾਸਤੇ ਕੰਮ ਕਰਨ ਦੇ? ਦੇਖੋ ਜੀ, ਇਹ ਜਿਹੜਾ ਖਾਨਦਾਨ ਹੈ ਇਹ ਸ਼ੁਰੂ ਤੋਂ ਓਵਰਸੀਜ਼ ਦਾ ਦਿਲ ਹੈ ਔਰ ਅੱਗੋਂ ਵੀ ਮੁਹੱਬਤ ਹੈ ਸਾਨੂੰ ਇਸ ਖਾਨਦਾਨ ਨਾਲ। ਉਹਦੇ ਵਿੱਚ ਆ ਕੇ ਸ਼ਹਿਜਾਦ ਸਾਹਿਬ ਨੇ ਵੀ ਬਹੁਤ ਅੱਛੇ ਕੰਮ ਕੀਤੇ ਨੇ, ਸਾਡੇ ਬਜ਼ੁਰਗ ਨੇ ਉਹਨਾਂ ਦੀਆਂ ਬੜੀਆਂ ਮਿਹਰਬਾਨੀਆਂ ਨੇ ਸਾਡੇ ਓਵਰਸੀਜ਼ ਬੰਦਿਆਂ ਵਾਸਤੇ, ਜਿਹੜੇ ਪਾਰਟ ਨੇ ਜਿਹੜੀ ਡੈਥ ਬਾਡੀ ਜਿਹੜੀ ਹੈ ਉਹਨਾਂ ਦੇ ਟਾਈਮ ਉੱਤੇ ਜਿਹੜਾ ਫ੍ਰੀ ਫੰਡ ਪਾਕਿਸਤਾਨ ਵਿੱਚ ਪਾਈ ਜਾਂਦੀ ਸੀ, ਔਰ ਇਹ ਸਾਡੇ ਵਾਸਤੇ ਬਹੁਤ ਵੱਡਾ ਮਸਲਾ ਸੀ ਜਿਹਦਾ ਉੱਥੇ ਨਹੀਂ ਸੀ ਕੋਈ ਨਾ ਇਨਕਮ ਜਾਂ ਕੋਈ ਇਕੱਲਾ ਬੰਦਾ ਸੀ ਉਹ ਮਸਲਾ ਬਣ ਜਾਂਦਾ ਸੀ, ਔਰ ਇਹਨਾਂ ਨੇ ਉਹ ਜਿਹੜਾ ਉਹ ਸਾਡੀ ਜਿਹੜੀ ਮਜਬੂਰੀ ਹੈ ਉਹ ਖਤਮ ਕੀਤੀ, ਔਰ ਇਸ ਵਾਸਤੇ ਜਿਹੜਾ ਸਾਲਕ ਸਾਹਿਬ ਵੀ ਜਿਹੜੇ ਨੇ ਉਹਨਾਂ ਦੇ ਬੇਟੇ ਨੇ ਤੇ ਇਨਸ਼ਾਅੱਲਾ ਤਾਲਾ ਉਮੀਦ ਕਰਦੇ ਹਾਂ ਕਿ ਉਹ ਵੀ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਸਾਡੇ ਨਾਲ ਤਾਮਨ ਰੱਖਣ ਔਰ ਹੈਲਪ ਕਰਨ। ਪੋਲੈਂਡ 30 ਇਅਰਸ ਤੋਂ ਹੋ, ਔਰ ਤੁਹਾਨੂੰ ਕੀ ਲੱਗਦਾ ਕਿ ਐਜ਼ ਏ ਓਵਰਸੀਜ਼ ਕਿਹੜੇ ਮਸਾਇਲ ਨੇ ਜਿਨ੍ਹਾਂ ਦਾ ਪ੍ਰਾਇਓਰਿਟੀ ਬੇਸ ਤੇ ਹੱਲ ਹੋਣਾ ਜ਼ਰੂਰੀ ਹੈ? ਇੱਥੇ ਸਾਡੇ ਜਿਹੜੇ ਓਵਰਸੀਜ਼ ਦੇ ਮਸਾਇਲ ਇੱਥੇ ਨੇ ਕਿ ਜਿਹੜੀ ਵੀ ਕੋਈ ਅਸੀਂ ਇੱਥੇ ਜਾਇਦਾਦ ਖਰੀਦਨੇ ਆ ਜਾਂ ਕੋਈ ਕੋਈ ਵੀ ਪ੍ਰਾਪਰਟੀ ਆਉਂਦੀ ਹੈ ਉਹ ਮੈਨੂੰ ਤੇ ਨਹੀਂ ਇਹ ਮਸਲਾ, ਲੇਕਿਨ ਸਾਡੇ ਓਵਰਸੀਜ਼ ਜਿਹੜੇ ਨੇ ਉਹਨਾਂ ਦੀ ਕੋਈ ਵੀ ਪ੍ਰਾਪਰਟੀ ਖਰੀਦ ਕੇ ਤੇ ਉਹ ਵਾਪਸ ਜਾਂਦੇ ਨੇ ਬਾਅਦ ਵਿੱਚ ਕਾਬਜ਼ ਕੋਈ ਹੋਰ ਹੋ ਗਿਆ ਹੁੰਦਾ, ਔਰ ਇਹਦੇ ਖਿਲਾਫ ਜਿਹੜਾ ਉਹ ਮੁਹਿੰਮ ਜਿਹੜੀ ਉਹ ਚਲਾਉਣੀ ਚਾਹੀਦੀ ਹੈ। ਉਮੀਦ ਇਹ ਵੇ ਕਿ ਸਾਲਕ ਸਾਹਿਬ ਜਿਹੜੇ ਨੇ ਉਹ ਇਸ ਚੀਜ਼ ਨੂੰ ਜਿਹੜਾ ਉਹ ਕਵਰ ਕਰਨ ਦੇ ਔਰ ਸਾਡੀ ਹੈਲਪ ਕਰਨ ਦੇ ਇਸ ਚੀਜ਼ ਵਿੱਚ, ਕਿਉਂਕਿ ਸਾਡੇ ਵਾਸਤੇ ਇਹ ਬੜਾ ਵੱਡਾ ਮਸਲਾ ਹੈ ਕਿ ਸਾਡੀ ਜਿਹੜੀ ਉੱਧਰ ਦੀ ਸਾਰੀ ਜ਼ਿੰਦਗੀ ਦੀ ਜਿਹੜੀ ਕਮਾਈ ਹੁੰਦੀ ਹੈ ਉਹ ਅਗਰ ਅਸੀਂ ਇੱਥੇ ਪਾਕਿਸਤਾਨ ਸਾਡਾ ਮੁਲਕ ਹੈ ਭਾਵੇਂ 50 ਸਾਲ ਵੀ ਉੱਥੇ ਰਹੀਏ ਲੇਕਿਨ ਸਾਡੀ ਜਿਹੜੀ ਉਹ ਛਿੱਕ ਪਾਕਿਸਤਾਨ ਹੁੰਦੀ ਹੈ, ਇੱਥੇ ਆ ਕੇ ਅਸੀਂ ਆਪਣਾ ਪ੍ਰਾਪਰਟੀ ਕੋਈ ਖਰੀਦਦੇ ਹਾਂ ਔਰ ਉਹਦੇ ਵਿੱਚ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਅਸੀਂ ਜਿਹੜਾ ਜੇ ਕੋਈ ਕਮਜ਼ੋਰ ਫੈਮਿਲੀ ਹੈ ਤਾਂ ਉਹ ਕੋਈ ਕਾਬਜ਼ ਕੋਈ ਹੋਰ ਹੋ ਜਾਂਦਾ, ਇਹਦੇ ਉੱਤੇ ਸਾਲਕ ਸਾਹਿਬ ਨੇ ਜਿਹੜੇ ਉਹਨਾਂ ਨੂੰ ਟਾਈਮ ਦੇਣ ਦੀ ਜਿਹੜਾ ਉਹ ਜ਼ਿਆਦਾ ਜ਼ਰੂਰਤ। ਜਿਸ ਤਰ੍ਹਾਂ ਤੁਹਾਡੀ ਬਾਜਵਾ ਬਰਾਦਰਾਂ ਨੇ ਹੁਣ ਆਨਿਆ ਜ਼ਰਾ ਤੁਹਾਡੇ ਸਮਾਜਿਕ ਕੰਮ ਵੱਲ, ਮਾਸ਼ਾਅੱਲਾ ਜਿਸ ਤਰ੍ਹਾਂ ਬਾਜਵਾ ਅਹਿਸਾਸ ਫਾਊਂਡੇਸ਼ਨ ਤੁਸੀਂ ਬਣਾਈ, ਖੁਦ ਹੀ ਤੁਸੀਂ ਉਹਦੇ ਬਾਨੀ ਹੋ, ਖੁਦ ਹੀ ਸਰਪ੍ਰਸਤ ਵੀ ਹੋ, ਕਿਸ ਤਰ੍ਹਾਂ ਲੈ ਕੇ ਚੱਲ ਰਹੇ ਹੋ ਔਰ ਇਸ ਫਾਊਂਡੇਸ਼ਨ ਦੇ ਤਹਿਤ ਤੁਸੀਂ ਕਿਹੜੇ ਕਿਹੜੇ ਆਪਣੀ ਮਦਦ ਆਪ ਦੇ ਤਹਿਤ ਕੰਮ ਕੀਤੇ ਨੇ?
ਅਸਾਂ ਇੱਥੇ 2-3 ਸਾਲ ਤੋਂ ਸਾਡੀ ਇਹ ਬਾਜਵਾ ਅਹਿਸਾਸ ਫਾਊਂਡੇਸ਼ਨ ਦਾ ਜਿਹੜਾ ਉਹ ਸ਼ੁਰੂਆਤ ਹੋਈ ਜੇ, ਔਰ ਉਹਦੇ ਵਿੱਚ ਅਸਾਂ ਆਪਣੇ ਡੇਰੇ ਦੇ ਕੋਈ ਵੀ ਮਸਾਇਲ ਹੋਵੇ, ਕੋਈ ਵੀ ਕਿਸੇ ਕਿਸਮ ਦਾ, ਇਹਨਾਂ 3 ਸਾਲਾਂ ਦੇ ਵਿੱਚ ਵਿੱਚ ਉਹ ਅਸਾਂ ਸਾਰਿਆਂ ਬਾਜਵਾ ਅਹਿਸਾਸ ਫਾਊਂਡੇਸ਼ਨ ਨੇ ਹੀ ਇਕੱਠਿਆਂ ਹੋ ਕੇ ਅਤੇ ਉਹਨੂੰ ਕਵਰ ਕੀਤਾ। ਕੋਈ ਅਸਾਂ ਕਿਸੇ ਗੌਰਮੈਂਟ ਕੋਲੋਂ ਮਦਦ ਨਹੀਂ ਮੰਗੀ, ਔਰ ਆਪਣੀ ਮਦਦ ਆਪ ਦੇ ਜਿਹੜਾ ਅਸੀਂ ਆਪਣੇ ਬਾਜਵਿਆਂ ਦੇ ਜਿੰਨੇ ਵੀ ਕੋਈ ਕੰਮ ਨੇ, ਕੋਈ ਕਿਸੇ ਕਿਸਮ ਦਾ ਵੀ, ਉਹ ਅਸਾਂ 2-3 ਸਾਲ ਤੋਂ ਆਪ ਹੀ ਕਵਰ ਕਰਨੇ ਆ। ਔਰ ਉਹਦੇ ਵਿੱਚ ਬੜੀ ਮਿਹਰਬਾਨੀ ਮੇਰੇ ਭਰਾਵਾਂ ਦੀ, ਜਿਹੜੇ ਉਹ ਵੀ ਓਵਰਸੀਜ਼ ਨੇ, ਬਾਜਵੇ ਨੇ, ਔਰ ਉਹਨਾਂ ਦੀ ਹੈਲਪ ਨਾਲ ਜਿਹੜਾ ਇਹ ਚੱਲ ਰਹੀ ਹੈ ਸਾਰਾ। ਅੱਛਾ, ਮਤਲਬ ਜਿਸ ਤਰ੍ਹਾਂ ਤੁਹਾਡੀ ਆਪਣੀ ਕਮਿਊਨਿਟੀ ਹੈ, ਇਹਦੇ ਵਿੱਚ ਕਿੰਨੇ ਕੁ ਕਾਰਨ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਆਪਣੀ ਮਦਦ ਆਪ ਦੇ ਤਹਿਤ ਸਾਰਾ ਕੰਮ ਕਰ ਰਹੇ ਹੋ? ਨਾਰੋਵਾਲੀ ਵਿੱਚ ਬਾਜਵਾ ਫੈਮਿਲੀ ਦਾ ਇੱਕ ਨਾਂ ਹੈ, ਬਾਜਵਾ ਫੈਮਿਲੀ ਦੇ ਤਕਰੀਬਨ 200-250 ਵੋਟ ਜੇ, ਔਰ ਜਿਸ ਤਰ੍ਹਾਂ ਇਸ ਟਾਈਮ ਸਾਲਕ ਸਾਹਿਬ ਦੇ ਜਲਸੇ ਉੱਤੇ ਅਸੀਂ ਇਕੱਠੇ ਹੋ ਕੇ ਇੱਕ ਯੱਕ ਵੀ ਇਕੱਠ ਕਰਕੇ ਅਸਾਂ ਉਹਨਾਂ ਦੀ ਹੈਲਪ ਕੀਤੀ ਹੈ। ਉਮੀਦ ਹੈ ਕਿ ਇਨਸ਼ਾਅੱਲਾ ਤਾਲਾ ਅਸੀਂ ਅੱਗੋਂ ਵੀ ਸਾਰੇ ਇਕੱਠੇ ਹੋ ਕੇ ਟੁਰਾਂ ਦੇ। ਲੇਕਿਨ ਕੈਸਾ ਲੱਗਦਾ ਜਿਸ ਟਾਈਮ ਪੋਲੈਂਡ ਤੋਂ ਪਾਕਿਸਤਾਨ ਆਉਂਦੇ ਹੋ, ਜਾਂ ਕੈਸੀ ਫੀਲਿੰਗ ਹੁੰਦੀ ਹੈ ਜਿਸ ਟਾਈਮ ਪੋਲੈਂਡ ਹੁੰਦੇ ਹੋ, ਪਾਕਿਸਤਾਨ ਨੂੰ ਮਿਸ ਕਰ ਰਹੇ ਹੁੰਦੇ ਹੋ? ਮਿਸ ਕਰੀਦਾ ਇਸ ਮੁਲਕ ਨੂੰ, ਕਿਉਂਕਿ ਇੱਥੇ ਸੀ ਸਾਡੀ ਪੈਦਾਇਸ਼ ਇੱਥੇ ਦੀ ਹੈ। ਇਹ ਅਗਰ ਇਹਦੇ ਤੋਂ ਵੀ ਮਾੜਾ ਇਹ ਹੋ ਜੇ ਮੁਲਕ, ਤਾਂ ਸਾਨੂੰ ਇਹਦੀ ਕਸ਼ਿਸ਼ ਜਿਹੜੀ ਹੈ ਨਾ ਉਹ ਛੇਕ ਲਿਆਉਂਦੀ ਹੈ। ਹਾਲਾਂਕਿ ਅਸੀਂ ਉੱਥੇ ਰਹਿੰਦੇ ਹਾਂ, ਸਾਨੂੰ ਸਹੂਲੀਅਤ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਨੇ ਉੱਥੇ, ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਉਹਦੇ ਟੈਨਸ਼ਨ ਜਾਂ ਪਰੇਸ਼ਾਨੀ ਕੋਈ ਬੰਦਾ ਗੋਰਾ ਜਾਂ ਕੋਈ ਉਹਨਾਂ ਦੀ ਗੌਰਮੈਂਟ ਦੀ ਤਰਫੋਂ ਨਹੀਂ ਹੁੰਦੀ, ਔਰ ਸਾਨੂੰ ਸਹੂਲੀਅਤ ਵੀ ਬਹੁਤ ਜ਼ਿਆਦਾ ਲੱਭਦੀਆਂ ਨੇ, ਕਿਉਂਕਿ ਅਸੀਂ ਉੱਥੇ ਸਾਡੀ ਜ਼ਿੰਦਗੀ ਜਿਹੜੀ ਓਵਰਸੀਜ਼ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ, ਅਸੀਂ ਉੱਥੇ ਹਾਂ ਅਤੇ ਅਸੀਂ ਉੱਥੇ ਦੇ ਫਾਰਨਰ ਹਾਂ। ਜੇ ਪਾਕਿਸਤਾਨ ਆ ਜਾਈਏ ਤਾਂ ਸਾਨੂੰ ਇੱਥੇ ਵੀ ਉਹ ਫਾਰਨਰ ਹੀ ਸਮਝਦੇ ਨੇ, ਲੇਕਿਨ ਉਹਦੀ ਵਜ੍ਹਾ ਇਹ ਵੇ ਕਿ ਸਾਨੂੰ ਜਿਹੜਾ ਜਿਵੇਂ ਸਾਨੂੰ ਉੱਥੇ ਹੈਲਪ ਲੱਭਦੀ ਹੈ ਗੌਰਮੈਂਟ ਦੀ ਤਰਫੋਂ, ਉਹ ਮਿਹਰਬਾਨੀ ਕਰਕੇ ਸਾਨੂੰ ਇੱਥੇ ਵੀ ਜਿਹੜਾ ਸਾਡੇ ਮੁਲਕ ਵਿੱਚ ਉਹਦੇ ਤੋਂ ਵੀ ਜ਼ਿਆਦਾ ਸਾਨੂੰ ਉਹਦੀ ਸਕਿਉਰਟੀ ਜਿਹੜੀ ਉਹ ਦਸਤਿਆਬ ਹੋਣੀ ਚਾਹੀਦੀ। ਜਿਸ ਤਰ੍ਹਾਂ ਜਿੰਨੇ ਇਲੈਕਸ਼ਨ ਜ਼ੋਰੋ ਸ਼ੋਰ ਤੇ ਵੇ, ਔਰ 21 ਅਪ੍ਰੈਲ ਜਿਹੜਾ ਉਹ ਬਿਲਕੁਲ ਇਸ ਤਰ੍ਹਾਂ ਹੀ ਹੈ ਕਿ ਡੇ ਆਫ ਜਜਮੈਂਟ ਦੀ ਤਰ੍ਹਾਂ, ਉਸ ਦਿਨ ਫੈਸਲਾ ਹੋਣਾ ਹੈ ਕਿ ਜ਼ਿਮਨੀ ਇਲੈਕਸ਼ਨ ਵਿੱਚ ਕੌਣ ਵਿਨਰ ਹੈ ਔਰ ਕੌਣ ਜਿਹੜਾ ਮੈਦਾਨ ਮਾਰਦਾ ਹੈ, ਤੁਹਾਨੂੰ ਕੀ ਲੱਗਦਾ ਹੈ ਪੀਪੀ 32 ਚ ਓਵਰਆਲ ਅਗਰ ਦੇਖਿਆ ਜਾਏ ਤਾਂ ਮੂਸਾ ਲਾਈ ਸਾਹਿਬ ਦੀ ਕੰਪੇਨ ਕੈਸੀ ਚੱਲ ਰਹੀ ਹੈ, ਔਰ ਕਿਸ ਤਰ੍ਹਾਂ, ਕਿਉਂਕਿ ਨਿਊ ਕਮਰ ਨੇ ਇਸ ਹਲਕਾ 'ਚ, ਭਲੇ ਪੁਰਾਣਾ ਹਲਕਾ ਚੌਧਰੀ ਬਰਾਦਰ ਆਉਂਦਾ, ਲੇਕਿਨ ਮੂਸਾ ਲਾਈ ਸਾਹਿਬ ਦੀ ਨਈ ਐਂਟਰੀ ਕੈਸਾ ਲੱਗ ਰਿਹਾ ਤੁਹਾਨੂੰ? ਜੀ, ਸਾਡੀ ਤਰਫੋਂ ਬਾਜਵਾ ਬਰਾਦਰਾਂ ਦੀ ਤਰਫੋਂ ਅੱਛਾ ਅਸਾਂ ਵੈਲਕਮ ਉਹਦਾ ਕੀਤਾ, ਔਰ ਇਹਦਾ ਅੱਛਾ ਰਿਜ਼ਲਟ ਵੀ ਦਿਆਂਗੇ ਨਾਰੋਵਾਲੀ ਵਿੱਚੋਂ, ਔਰ ਜਿੰਨੇ ਵੀ ਸਾਡੇ ਲੱਗਦੇ ਇਸ ਲੈਣ ਵਿੱਚ ਹਲਕਾ 32 ਵਿੱਚ ਜਿੰਨੇ ਵੀ ਸਾਡੀਆਂ ਫੈਮਿਲੀਆਂ ਨੇ ਜਾਂ ਸਾਡੇ ਰਿਸ਼ਤੇਦਾਰ ਯਾਰ ਸੱਜਣ, ਉਹਨਾਂ ਸਾਰਿਆਂ ਉੱਤੇ ਉਹ ਆਖਿਆ ਵੀ, ਔਰ ਮਜ਼ੀਦ ਦਬਾਓ ਦੇ ਕੇ ਵੀ ਉਹਨਾਂ ਨੂੰ ਅੱਖਾਂ ਦੇ ਕੇ ਸਾਲਕ ਸਾਹਿਬ ਨੂੰ ਜਿਹੜਾ ਉਹ ਮੂਸਾ ਲਾਈ ਸਾਹਿਬ ਨੂੰ ਜਿਹੜਾ ਉਹ ਕਾਮਯਾਬ ਕਰਵਾਉਣ ਇਨਸ਼ਾਅੱਲਾ, ਔਰ ਕਾਮਯਾਬ ਹੋਣ। ਜਿਸ ਤਰ੍ਹਾਂ ਇਲੈਕਸ਼ਨ ਹੋ ਰਹੇ ਨੇ ਔਰ ਜ਼ਿਮਨੀ ਇਲੈਕਸ਼ਨ ਵੀ ਹੋ ਰਹੇ ਨੇ, ਅਗਰ ਬਲਦਿਆਤੀ ਇਲੈਕਸ਼ਨ ਹੋਣ, ਤੇ ਜਿਸ ਤਰ੍ਹਾਂ ਬਲਦਿਆਤ ਵਿੱਚ ਸੂਬੇਦਾਰ ਅਤਾ ਮੁਹੰਮਦ ਸਾਹਿਬ ਤੁਹਾਡੇ ਚਾਚਾ ਜਿਹੜੇ ਨੇ ਉਹਨਾਂ ਆਲਰੇਡੀ ਪਾਰਟਿਸਿਪੇਟ ਕੀਤਾ ਸੀ, ਤੁਹਾਡੇ ਬਾਜਵਾ ਬਰਾਦਰਾਂ ਨੇ ਚੁੱਕੋ ਇਲੈਕਸ਼ਨ ਕੰਟੈਸਟ ਕਰੇਗਾ ਜਾਂ ਤੁਸੀਂ ਇਲੈਕਸ਼ਨ ਕੰਟੈਸਟ ਕਰੋਗੇ?
ਉਹਦੇ ਵਿੱਚ ਇਹ ਵੇ ਕਿ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਇੱਕ ਬਾਜਵਾ ਅਹਿਸਾਸ ਫਾਊਂਡੇਸ਼ਨ ਸਾਰੇ ਬਾਜਵੇ ਉਹਦੇ ਵਿੱਚ ਇਕੱਠ ਹੈ, ਔਰ ਉਹਦੇ ਵਿੱਚ ਇਹ ਆਉਂਦਾ ਕਿ ਜਿਵੇਂ ਸਾਡੇ ਸਾਰੇ ਚਾਚਾ ਆਜ਼ਾਦ ਚਾਚੇ ਬਾਈ ਸਾਰੇ ਇਕੱਠੇ ਬਹਿ ਕੇ ਉਹ ਫੈਸਲਾ ਕਰਨ ਦੇ, ਔਰ ਜਿਹੜਾ ਫੈਸਲਾ ਉਹਨਾਂ ਕੀਤਾ ਉਹ ਬੰਦਾ ਇਨਸ਼ਾਅੱਲਾ ਤਾਲਾ ਅੱਗੋਂ ਇਲੈਕਸ਼ਨ ਦੀ ਕੋਈ ਕੰਪੇਨ ਚਲਾਏਗਾ ਆਪਣੀ। ਜਿੰਨਾ ਵੀ ਇਲੈਕਸ਼ਨ ਸ਼ੁਰੂ ਨੇ ਜਿਹੜੇ 21 ਤਰੀਕ ਨੂੰ ਨੇ 21 ਅਪ੍ਰੈਲ ਨੂੰ, ਉਹਦੇ ਵਿੱਚ ਮੈਂ ਅੱਗੇ ਵੀ ਕੀਤਾ ਜਿੰਨੇ ਵੀ ਸਾਰੇ ਆਪਣੇ ਸਾਡੇ ਰਿਸ਼ਤੇਦਾਰ ਯਾਰ ਸੱਜਣ ਬਰਾਦਰੀ ਜਿੰਨੇ ਵੀ ਇਸ ਹਲਕਾ 32 ਵਿੱਚ ਆਉਂਦੇ ਨੇ ਉਹਨਾਂ ਨਾਲ ਤਾਮਨ ਵਿੱਚ ਹਾਂ, ਔਰ ਉਹਨਾਂ 'ਤੇ ਮਜ਼ੀਦ ਟਾਈਮ ਦੇ ਰਹੇ ਹਾਂ ਕਿ ਉਹ ਇਨਸ਼ਾਅੱਲਾ ਮੂਸਾ ਲਾਈ ਸਾਹਿਬ ਨੂੰ ਜਿਹੜਾ ਉਹ ਜਿਵੇਂ 24 ਸਾਲਕ ਸਾਹਿਬ ਜਿਹੜੇ ਨੇ ਉਹ ਇੱਥੋਂ ਜਿੱਤ ਕੇ ਗਏ ਨੇ, ਇਸੇ ਤਰ੍ਹਾਂ ਔਰ ਉਸ ਤੋਂ ਜ਼ਿਆਦਾ ਵੋਟ ਲੈ ਕੇ ਅਤੇ ਮੂਸਾ ਲਾਈ ਸਾਹਿਬ ਨੂੰ ਜਿਹੜਾ ਉਹ ਕਾਮਯਾਬ ਕਰਵਾਉਣ। ਐਸੇ ਓਵਰਸੀਜ਼ ਜਿਹੜਾ ਉਹਨਾਂ ਦੇ ਅੱਗੇ ਇਹ ਹੀ ਇੱਕ ਗੁਜ਼ਾਰਿਸ਼ ਹੈ ਕਿ ਆਪਣੇ ਮੁਲਕ ਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ। ਜਿਵੇਂ ਵੀ ਇਹ ਮੈਂ ਖੁਦ ਇੱਕ ਓਵਰਸੀਜ਼ ਹਾਂ ਔਰ ਮੈਨੂੰ 30 ਸਾਲ ਹੋ ਗਏ ਨੇ ਬਾਹਰ, ਲੇਕਿਨ ਪਾਕਿਸਤਾਨ ਦੀ ਜਿਹੜੀ ਕਸ਼ਿਸ਼ ਹੈ ਉਹ ਮੈਨੂੰ ਜ਼ਿਆਦਾ ਛਿੱਕ ਇੱਥੇ ਲਾਉਂਦੀ ਹੈ, ਔਰ ਮੇਰੀ ਇਹ ਕੋਸ਼ਿਸ਼ ਹੈ ਕਿ ਆਪਣੇ ਬੱਚਿਆਂ ਨੂੰ ਜਿਹੜਾ ਉਹ ਕਲਚਰ ਜਿਹੜਾ ਉਹ ਸਾਡਾ ਆਪਣਾ ਪੰਜਾਬੀ ਪਾਕਿਸਤਾਨ ਦਾ ਜਿਹੜਾ ਕਲਚਰ ਹੈ ਉਹ ਦਿੱਤਾ ਜਾਏ, ਭਾਵੇਂ ਉਹ ਉੱਥੇ ਯੂਰਪ ਵਿੱਚ ਨੇ ਜਾਂ ਪਾਕਿਸਤਾਨ ਵਿੱਚ ਨੇ, ਔਰ ਬੱਚਿਆਂ ਉੱਤੇ ਜਿਹੜਾ ਉਹ ਖਾਸ ਧਿਆਨ ਰੱਖਣ। ਲੋਕ ਔਰ ਪੂਰਾ ਹਲਕਾ ਜਿੱਥੇ ਜਿੱਥੇ ਉਹਨਾਂ ਦੀ ਰਿਸ਼ਤੇਦਾਰੀ ਹੈ ਲੋਕ ਜਾਣਨ ਵਾਲੇ ਨੇ, ਸਭ ਨੂੰ ਮੋਟੀਵੇਟ ਕਰ ਰਹੇ ਨੇ ਕਿ ਟਰੈਕਟਰ ਤੇ ਮੋੜ ਲਗਾ ਕੇ ਬਿਲਕੁਲ ਇਸ ਤਰ੍ਹਾਂ ਹੀ ਕਾਮਯਾਬੀ ਦੇਣ, ਜਿਸ ਤਰ੍ਹਾਂ ਚੌਧਰੀ ਸਾਲਕ ਸਾਹਿਬ ਜਿਹੜੇ ਨੇ ਉਹਨਾਂ ਨੂੰ PP 32 ਤੋਂ ਕਾਮਯਾਬੀ ਹੋਈ ਸੀ ਔਰ ਇਸ ਤਰ੍ਹਾਂ ਹੀ NA 64 ਤੋਂ ਹੋਈ ਸੀ, ਤੇ ਅਗੇਨ ਟਾਈਮ ਜਿਹੜਾ ਜ਼ਿਮਨੀ ਇਲੈਕਸ਼ਨ ਨੇ ਉਹਨਾਂ ਨੂੰ ਦਿੱਤਾ ਆਵਾਮ ਨੂੰ, ਔਰ ਆਵਾਮ ਨੇ ਦੁਬਾਰਾ ਤੋਂ ਫੈਸਲਾ ਕਰਨਾ ਹੈ। ਆਵਾਮ ਬਿਹਤਰੀਨ ਜਾਣਦੀ ਹੈ ਕਿ ਕੌਣ ਡਿਜ਼ਰਵ ਕਰਦਾ ਹੈ ਇਲੈਕਸ਼ਨ ਵਿੱਚ, ਕਿਹਨੂੰ ਸਭ ਤੋਂ ਜ਼ਿਆਦਾ ਵੋਟ ਦੇਣਾ ਚਾਹੀਦਾ, ਜਿਹੜਾ ਆਪਣੇ ਇਲਾਕੇ ਜਾਂ ਹਲਕੇ ਦੀ ਆਵਾਮ ਵਾਸਤੇ ਬਿਹਤਰੀਨ ਸੋਚ ਰੱਖਦਾ ਹੈ। ਇਨਸ਼ਾਅੱਲਾ ਮੇਰੀ ਔਰ ਤੁਹਾਡੀ ਮੁਲਾਕਾਤ ਹੋਏਗੀ ਫਿਰ ਕਿਸੇ ਨਵੇਂ ਪ੍ਰੋਗਰਾਮ ਵਿੱਚ, ਉਸ ਵਕਤ ਲਈ ਇਜਾਜ਼ਤ ਦਿਓ। ਅੱਲਾ ਹਾਫਿਜ਼।